ਅਨੰਦਪੁਰ ਸਾਹਿਬ ਤੋਂ ਸਾਡੇ ਕੋਲ ਆਏ ਸੀ ਬਾਬਾ ਜੀ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਦਾ ਆਪਰੇਸ਼ਨ ਹੋਇਆ ਜੀ ਕੱਲ੍ਹ ਲੱਤ ਦਾ ਅਤੇ ਲੱਤ ਦਾ ਪਲੇਟਾਂ ਪਾਈਆਂ ਗਈਆਂ ਜੀ ਲੱਤ ਦੇ ਵਿੱਚ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਸਾਰੇ ਵੀਰਾਂ ਅਤੇ ਭੈਣਾਂ ਦੀਆਂ ਅਰਦਾਸਾਂ ਦੇ ਨਾਲ ਇਹ ਆਪਰੇਸ਼ਨ ਬਿਲਕੁਲ ਸਹੀ ਸਲਾਮਤ ਹੋ ਗਿਆ ਜੀ ਠੀਕ ਹੋ ਗਿਆ ਜੀ ਆਪਰੇਸ਼ਨ ਅਤੇ ਆਹ ਤੁਸੀਂ ਦੇਖ ਸਕਦੇ ਹੋ ਵੀ ਇੱਦਾਂ ਪਲੇਟਾਂ ਪਈਆਂ ਬਾਬਾ ਜੀ ਦੇ ਲੱਤ ਦੇ ਵਿੱਚ ਲੱਤ ਜੁੜ ਗਈ ਇੱਥੋਂ ਲੱਤ ਟੁੱਟੀ ਹੋਈ ਸੀਗੀ ਜੀ ਅਤੇ ਇੱਦਾਂ ਪਲੇਟਾਂ ਪਾ ਕੇ ਹੁਣ ਲੱਤ ਜੁੜ ਗਈ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਤੇ ਸਾਰੀਆਂ ਭੈਣਾਂ ਭਰਾਵਾਂ ਦੀਆਂ ਅਰਦਾਸਾਂ ਦੇ ਨਾਲ ਇਹ ਚੀਜ਼ ਕੰਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਫਲ ਹੋਇਆ ਜੀ ਇਹ ਅਤੇ ਅੱਗੇ ਵੀ ਅਰਦਾਸ ਕਰਿਓ ਬਾਬਾ ਜੀ ਦਾ ਪੈਰ ਠੀਕ ਹੋ ਜਾਵੇ ਜੀ ਇੱਕ ਪੈਰ ਦਾ ਆਪਰੇਸ਼ਨ ਬਾਬਾ ਜੀ ਦਾ ਹੋਰ ਹੋਣਾ ਹਜੇ ਕਿਉਂਕਿ ਪੈਰ ਵਿੰਗਾ ਹੋਇਆ ਹੋਇਆ ਇਹਨਾਂ ਦਾ ਇੱਥੇ ਸ਼ਿਕੰਜਾ ਲੱਗਿਆ ਹੋਇਆ ਸੀ ਉਹ ਖੋਲ੍ਹਤਾ ਸੀਗਾ ਉਸ ਟਾਈਮ ਅਤੇ ਉਹਦਾ ਆਪਰੇਸ਼ਨ ਕਰਕੇ ਸਿੱਧਾ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਇਹਨਾਂ ਦੀ ਲੱਤ ਹੁਣ ਬਚ ਗਈ ਹੈ ਜੀ ਅਤੇ ਡਾਕਟਰ ਸਾਹਿਬ ਕਹਿੰਦੇ ਸੀ ਵੀ ਇਹ ਲੱਤ ਵਜਨ ਦੇ ਸਕਦੇ ਚੱਲ ਕੰਮ ਕਰ ਸਕਦੇ ਲੱਤ ਪੂਰੀ ਵਧੀਆ ਤਰੀਕੇ ਨਾਲ ਆਪਦੀ ਜ਼ਿੰਦਗੀ ਅਗਲੀ ਜਿਹੜੀ ਇੱਕ ਲੱਤ ਇਹਨਾਂ ਦੀ ਪਤਾ ਵੀਰਾਂ ਨੂੰ ਸਾਰਿਆਂ ਨੂੰ ਜਿਵੇਂ ਪਹਿਲਾਂ ਪੋਸਟਾਂ ਦੇਖੀਆਂ ਵੀ ਕੱਟੀ ਹੋਈ ਹੈ ਜੀ ਅਤੇ ਉਹਦੇ 'ਤੇ ਨਕਲੀ ਲੈਂਸ ਲਗਾਉਣ ਤੋਂ ਬਾਅਦ ਇਹ ਤੁਰ ਸਕਦੇ ਆ ਆਪਦੀ ਜਿਹੜੀ ਬਾਕੀ ਰਹਿੰਦੀ ਜ਼ਿੰਦਗੀ ਆ ਉਹ ਆਪ ਇੱਦਾਂ ਆਪਦੇ ਪੈਰਾਂ 'ਤੇ ਤੁਰ ਕੇ ਬਸਰ ਕਰ ਸਕਦੇ ਆ ਜੀ ਅਤੇ ਇੱਦਾਂ ਹੀ ਅਸੀਂ ਤੁਹਾਨੂੰ ਜਾਣਕਾਰੀ ਦੇਣੀ ਸੀ ਇੱਕ ਬਾਬਾ ਜੀ ਸਾਡੇ ਅੱਜ ਬਾਪ ਬਹੁਤ ਕ੍ਰਿਟੀਕਲ ਸਟੇਜ 'ਤੇ ਆ ਉਹਨਾਂ 'ਤੇ ਵੈਂਟੀਲੇਟਰ 'ਤੇ ਚਲੇ ਗਏ ਜੀ ਰਘੁਨਾਥ ਸੀ ਅਤੇ ਕਾਫੀ ਬਿਮਾਰ ਆ ਕੋਈ ਅਤੇ ਮੇਨ ਮਿੱਟੂ ਵੀਰ ਆ ਜਿਹਨਾਂ ਦੇ ਬਲੱਡ ਲੱਗਿਆ ਅੱਜ ਵੀ ਨੈਗੇਟਿਵ ਬਲੱਡ ਚਾਹੀਦਾ ਜੀ ਸਾਨੂੰ ਉਹ ਅਸੀਂ ਅਰੇਂਜ ਕਰ ਲਿਆ ਹੁਣ ਅਤੇ ਜਿਹੜੀ ਬਾਬਾ ਜੀ ਛੁੱਟ ਜਾਂਦੀ ਹੈ ਜੀ ਇਹ ਵੀ ਦੀਪਕ ਹਸਪਤਾਲ ਦੇ ਵਿੱਚ ਹੀ ਹੈ ਜੀ ਇਹ ਅਤੇ ਇਹਨਾਂ ਦਾ ਆਪਰੇਸ਼ਨ ਸਫਲ ਹੋ ਗਿਆ ਜੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ ਸਾਰਿਆਂ ਇਹਨਾਂ ਦੇ ਵੀ ਬਲੱਡ ਦੇ ਜਿਹਨਾਂ ਚੜ੍ਹੇ ਆ ਠੀਕ ਆ ਜੀ ਇਹਨਾਂ ਦਾ ਸਿਹਤ ਠੀਕ ਆ ਜੀ ਸੱਚੇ ਪਾਤਸ਼ਾਹ ਇਹਨਾਂ ਨੂੰ ਇੱਦਾਂ ਹੀ ਠੀਕ ਰੱਖੇ ਅਤੇ ਹੋਸਪਿਟਲ ਤੋਂ ਛੁੱਟੀ ਮਿਲ ਜਾਣ ਜੀ ਆਪਦੇ ਪੈਰਾਂ ਸਿਰ ਤੁਰ ਸਕਣ ਜੀ ਅਤੇ ਸਾਡਾ ਨੰਬਰ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੀ 97803000 ਨੰਬਰ ਆ ਜੀ ਜੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਵੀ ਉਹ ਕਿਸਾਨ ਦੀਪਕ ਹਸਪਤਾਲ ਦੇ ਵਿੱਚ ਐਡਮਿਟ ਆ ਜੀ ਜਦੋਂ ਮਰਜ਼ੀ ਮਿਲ ਸਕਦੇ ਹੋ ਅਤੇ ਕਿੰਨੀ ਜਾਣਕਾਰੀ ਦੇਣੀ ਸੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।